ਗੱਲਾਂ ਮੇਰੀਆਂ ਸਿਰਫ ਬੰਦੇ ਨੂੰ ਉਹ ਫਾਇਦੇ ਪਹੁੰਚਾਉਣ ਵਾਲੀਆਂ ਨੇ, ਬੰਦੇ ਨੂੰ ਜਿਹੜੀ ਚੀਜ਼ ਨੁਕਸਾਨ ਪਹੁੰਚਾਉਂਦੀ ਉਹ ਮੈਂ ਤੁਹਾਨੂੰ ਸੁਣਾਵਾਂਗਾ। ਬੰਦੇ ਨੂੰ ਚਾਰ ਚੀਜ਼ਾਂ ਮਾਰਦੀਆਂ ਨੇ, ਭੁੱਖ, ਦੁੱਖ, ਚੁੱਕ ਤੇ ਚੁੱਥ, ਠੰਡ, ਫੰਡ ਤੇ ਖੰਡ ਬੰਦੇ ਨੂੰ ਮਾਰ ਜਾਂਦੀ। ਘੋੜਾ ਕਿੱਡਾ ਵੀ ਹਿੰਮਤ ਵਾਲਾ ਹੋਵੇ, ਜਦੋਂ ਟਾਂਗੇ ਦੇ ਬੰਬਾਂ ਚ ਆ ਜਾਂਦਾ ਮੁੱਕ ਜਾਂਦਾ। ਬੰਦਾ ਕਿੱਡਾ ਵੀ ਸ਼ਾਹ ਜ਼ੋਰ ਹੋਵੇ, ਜਦੋਂ ਬੀਬੀ ਦੀ ਟੰਗਾਂ ਚ ਆ ਜਾਂਦਾ ਖਤਮ ਹੋ ਜਾਂਦਾ। ਗੋਸ਼ਤ ਨੂੰ ਦਮ ਦੇ ਦਈਏ, ਬੰਦੇ ਨੂੰ ਗਮ ਦੇ ਦਈਏ ਤੇ ਲੋਹੇ ਨੂੰ ਜ਼ੰਗ ਦੇ ਦਈਏ ਖਤਮ ਹੋ ਜਾਂਦਾ। ਅੱਛੀ ਚੋਇਸ, ਅੱਛੀ ਲਾਈਫ ਤੇ ਅੱਛੀ ਵਾਈਫ ਇਹ ਨਸੀਬਾਂ ਨਾਲ ਮਿਲਦੀ ਹੈ ਭਾਈ। ਕਹਿੰਦੇ ਨੇ ਦਰਿਆ ਚੜਿਆ, ਮਰਾਸੀ ਪੜਿਆ ਤੇ ਦੁੱਧ ਕੜਿਆ, ਇਹ ਤਿੰਨੇ ਹੀ ਭੈੜੇ ਨੇ। ਤੁਰਦੀ ਫਿਰਦੀ ਰਨ ਨਾ ਕਰੀਏ ਭਾਵੇਂ ਹੂਰ ਹੋਵੇ, ਆਪਣੇ ਮਾਪਿਆਂ ਨੂੰ ਕਦੀ ਬੁਰਾ ਨਾ ਕਹੀਏ ਭਾਵੇਂ ਲੱਕੜ ਦਾ ਕਸੂਰ ਹੋਵੇ, ਲੋਟੇ ਵਾਲਾ ਪਾਣੀ ਨਾ ਪੀਏ ਭਾਵੇਂ ਪੁਣਿਆ ਵਾਂਗ ਕਪੂਰ ਹੋਵੇ, ਭਰਾ ਨਾਲ ਦਾ ਸਾਗ ਕੁੰਨੀ ਦੇ ਵਿੱਚ ਖਾਰ ਨਾ ਹੋਵੇ, ਜੁਵੇ ਨਾਲ ਦੀ ਸ਼ਹਿਰ ਕੁੰਨੀ ਦੇ ਵਿੱਚ ਹਾਰ ਨਾ ਹੋਵੇ, ਛੱਪੜ ਜਿਹਾ ਨਾਨ ਨੀਂਹ ਵਿੱਚ ਗਾਰ ਨਾ ਹੋਵੇ, ਘੋੜੇ ਨਾਲ ਦੀ ਸਵਾਰੀ ਨੀਂਹ ਦੇ ਵਿੱਚ ਆੜ ਨਾ ਹੋਵੇ ਤੇ ਔਰਤ ਨਾਲ ਦਾ ਵਜ਼ੀਰ ਨਹੀਂ ਇਹ ਬਦਕਾਰ ਨਾ ਹੋਵੇ। ਭਾਈ ਜੀ ਦੋ ਚੀਜ਼ਾਂ ਨੇ ਜ਼ਿਹਨ 'ਚ ਰੱਖਣੀਆਂ, ਮਰਦ ਦਾ ਅੱਡਾ ਤੇ ਔਰਤ ਦਾ ਚੱਡਾ ਤੇ ਅੱਡਾ ਖੱਡਾ, ਇਹ ਜਦੋਂ ਹਿੱਲ ਜਾਂਦਾ ਐਵੇਂ ਪੈ ਜਾਂਦਾ ਫੱਡਾ, ਐਵੇਂ ਪੈ ਜਾਂਦਾ ਫੱਡਾ। ਉਹਨੇ ਕਿਹਾ ਸੈਕਸੀ, ਟੈਕਸੀ ਤੇ ਪੈਪਸੀ ਇੱਕੋ ਬਚੋ, ਤਾਲਾ ਨਾਲਾ ਤੇ ਸਾਲਾ ਇਹਦਾ ਹਯਾ ਕਰੋ, ਨਾਈ ਕਸਾਈ ਹਲਵਾਈ ਤੇ ਜਵਾਈ ਇਹਦਾ ਵੀ ਪੂਰਾ ਖਿਆਲ ਕਰਿਆ ਕਰੋ। ਘੋੜਾ ਨਸਾ ਕੇ ਲਈਏ, ਕਬੂਤਰ ਅਡਾ ਕੇ ਲਈਏ, ਪਾਂਡਾ ਖੜਕਾ ਕੇ ਲਈਏ, ਯਾਰ ਅਜ਼ਮਾ ਕੇ ਲਈਏ, ਮੱਝ ਚੁਆ ਕੇ ਲਈਏ।